Parsali, Baba Jamal Singh Ji, Sant Baba Gurdayal Singh Ji, Sant Baba Namdan Singh Ji, ਇਹਨਾਂ ਦੀ ਸਾਲਾਨਾ ਯਾਦ ਦੇ ਸੰਬੰਧ ਵਿੱਚ ਕਾਰ ਸੇਵਾ ਸੰਪਰਦਾ ਬਾਬਾ ਭੂਰੀ ਵਾਲਿਆਂ ਵੱਲੋਂ ਸਮਾਗਮ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਸਮਾਗਮ ਹੋਏ ਆ ਔਰ ਇਹਨਾਂ ਸਮਾਗਮਾਂ ਦੇ ਵਿੱਚ ਰਾਗੀ ਜਥੇ ਕੀਰਤਨੀ ਜਥੇ ਕਥਾਵਾਚਕ ਉਹ ਹਾਜ਼ਰੀਆਂ ਭਰਦੇ ਨੇ ਗੁਰਮਤਿ ਦਾ ਪ੍ਰਚਾਰ ਹੁੰਦਾ ਹੈ ਜਿੱਥੇ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇਹਨਾਂ ਦੀਆਂ ਦੇਣਾਂ ਬਹੁਤ ਵੱਡੀਆਂ ਗੁਰੂ ਘਰਾਂ ਦੀਆਂ ਇਮਾਰਤਾਂ ਬਣਾਈਆਂ ਸੰਗਤ ਦੀ ਸਹੂਲੀਅਤ ਦੇ ਮੁਤਾਬਕ ਨਿਵਾਸ ਸਥਾਨ ਬਣਾਏ ਬਹੁਤ ਕੁਛ ਜਿਹੜਾ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਕੀਤਾ ਅਤੇ ਜਿਨ੍ਹਾਂ ਜਿਹੜਾ ਸੰਤ ਸੇਵਕਾਂ ਨੇ ਗੁਰੂ ਘਰਾਂ ਲਈ ਇੰਨੀ ਸੇਵਾ ਕੀਤੀ ਹੈ ਉਹਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਵੀ ਹੈ ਸੋ ਅਸੀਂ ਯਾਦ ਕਰ ਹਰ ਸਾਲ ਹੀ ਬਾਬਾ ਜੈਮਲ ਸਿੰਘ ਜੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਸੰਤ ਬਾਬਾ ਨਾਮਦਾਨ ਸਿੰਘ ਜੀ ਇਹਨਾਂ ਦੀ ਸਾਲਾਨਾ ਯਾਦ ਦੇ ਸੰਬੰਧ ਦੇ ਵਿੱਚ ਕਾਰ ਸੇਵਾ ਸੰਪਰਦਾ ਬਾਬਾ ਭੂਰੀ ਵਾਲਿਆਂ ਵੱਲੋਂ ਸਮਾਗਮ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਸਮਾਗਮ ਹੋਏ ਆ ਔਰ ਇਹਨਾਂ ਸਮਾਗਮਾਂ ਦੇ ਵਿੱਚ ਰਾਗੀ ਜਥੇ ਕੀਰਤਨੀ ਜਥੇ ਕਥਾਵਾਚਕ ਉਹ ਹਾਜ਼ਰੀਆਂ ਭਰਦੇ ਨੇ ਗੁਰਮਤਿ ਦਾ ਪ੍ਰਚਾਰ ਹੁੰਦਾ ਜਿੱਥੇ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇਹਨਾਂ ਦੀਆਂ ਦੇਣਾਂ ਬਹੁਤ ਵੱਡੀਆਂ ਗੁਰੂ ਘਰਾਂ ਦੀਆਂ ਇਮਾਰਤਾਂ ਬਣਾਈਆਂ ਸੰਗਤ ਦੀ ਸਹੂਲੀਅਤ ਦੇ ਮੁਤਾਬਕ ਨਿਵਾਸ ਸਥਾਨ ਬਣਾਏ ਬਹੁਤ ਕੁਛ ਜਿਹੜਾ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਕੀਤਾ ਅਤੇ ਜਿਨ੍ਹਾਂ ਜਿਹੜਾ ਸੰਤ ਸੇਵਕਾਂ ਨੇ ਗੁਰੂ ਘਰਾਂ ਲਈ ਇੰਨੀ ਸੇਵਾ ਕੀਤੀ ਹੈ ਉਹਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਵੀ ਹੈ ਸੋ ਅਸੀਂ ਯਾਦ ਕਰ ਹਰ ਸਾਲ ਹੀ ਬਾਬਾ ਜੈਮਲ ਸਿੰਘ ਜੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਸੰਤ ਬਾਬਾ ਨਾਮਦਾਨ ਸਿੰਘ ਜੀ ਇਹਨਾਂ ਦੀ ਸਾਲਾਨਾ ਯਾਦ ਦੇ ਸੰਬੰਧ ਦੇ ਵਿੱਚ ਕਾਰ ਸੇਵਾ ਸੰਪਰਦਾ ਬਾਬਾ ਭੂਰੀ ਵਾਲਿਆਂ ਵੱਲੋਂ ਸਮਾਗਮ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਸਮਾਗਮ ਹੋਏ ਆ ਔਰ ਇਹਨਾਂ ਸਮਾਗਮਾਂ ਦੇ ਵਿੱਚ ਰਾਗੀ ਜਥੇ ਕੀਰਤਨੀ ਜਥੇ ਕਥਾਵਾਚਕ ਉਹ ਹਾਜ਼ਰੀਆਂ ਭਰਦੇ ਨੇ ਗੁਰਮਤਿ ਦਾ ਪ੍ਰਚਾਰ ਹੁੰਦਾ ਜਿੱਥੇ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇਹਨਾਂ ਦੀਆਂ ਦੇਣਾਂ ਬਹੁਤ ਵੱਡੀਆਂ ਗੁਰੂ ਘਰਾਂ ਦੀਆਂ ਇਮਾਰਤਾਂ ਬਣਾਈਆਂ ਸੰਗਤ ਦੀ ਸਹੂਲੀਅਤ ਦੇ ਮੁਤਾਬਕ ਨਿਵਾਸ ਸਥਾਨ ਬਣਾਏ ਬਹੁਤ ਕੁਛ ਜਿਹੜਾ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਕੀਤਾ ਅਤੇ ਜਿਨ੍ਹਾਂ ਜਿਹੜਾ ਸੰਤ ਸੇਵਕਾਂ ਨੇ ਗੁਰੂ ਘਰਾਂ ਲਈ ਇੰਨੀ ਸੇਵਾ ਕੀਤੀ ਹੈ ਉਹਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਵੀ ਹੈ ਸੋ ਅਸੀਂ ਯਾਦ ਕਰ ਹਰ ਸਾਲ ਹੀ ਬਾਬਾ ਜੈਮਲ ਸਿੰਘ ਜੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਸੰਤ ਬਾਬਾ ਨਾਮਦਾਨ ਸਿੰਘ ਜੀ ਇਹਨਾਂ ਦੀ ਸਾਲਾਨਾ ਯਾਦ ਦੇ ਸੰਬੰਧ ਦੇ ਵਿੱਚ ਕਾਰ ਸੇਵਾ ਸੰਪਰਦਾ ਬਾਬਾ ਭੂਰੀ ਵਾਲਿਆਂ ਵੱਲੋਂ ਸਮਾਗਮ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਸਮਾਗਮ ਹੋਏ ਆ ਔਰ ਇਹਨਾਂ ਸਮਾਗਮਾਂ ਦੇ ਵਿੱਚ ਰਾਗੀ ਜਥੇ ਕੀਰਤਨੀ ਜਥੇ ਕਥਾਵਾਚਕ ਉਹ ਹਾਜ਼ਰੀਆਂ ਭਰਦੇ ਨੇ ਗੁਰਮਤਿ ਦਾ ਪ੍ਰਚਾਰ ਹੁੰਦਾ ਜਿੱਥੇ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇਹਨਾਂ ਦੀਆਂ ਦੇਣਾਂ ਬਹੁਤ ਵੱਡੀਆਂ ਗੁਰੂ ਘਰਾਂ ਦੀਆਂ ਇਮਾਰਤਾਂ ਬਣਾਈਆਂ ਸੰਗਤ ਦੀ ਸਹੂਲੀਅਤ ਦੇ ਮੁਤਾਬਕ ਨਿਵਾਸ ਸਥਾਨ ਬਣਾਏ ਬਹੁਤ ਕੁਛ ਜਿਹੜਾ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਕੀਤਾ ਅਤੇ ਜਿਨ੍ਹਾਂ ਜਿਹੜਾ ਸੰਤ ਸੇਵਕਾਂ ਨੇ ਗੁਰੂ ਘਰਾਂ ਲਈ ਇੰਨੀ ਸੇਵਾ ਕੀਤੀ ਹੈ ਉਹਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਵੀ ਹੈ ਸੋ ਅਸੀਂ ਯਾਦ ਕਰ ਹਰ ਸਾਲ ਹੀ ਬਾਬਾ ਜੈਮਲ ਸਿੰਘ ਜੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਸੰਤ ਬਾਬਾ ਨਾਮਦਾਨ ਸਿੰਘ ਜੀ ਇਹਨਾਂ ਦੀ ਸਾਲਾਨਾ ਯਾਦ ਦੇ ਸੰਬੰਧ ਦੇ ਵਿੱਚ ਕਾਰ ਸੇਵਾ ਸੰਪਰਦਾ ਬਾਬਾ ਭੂਰੀ ਵਾਲਿਆਂ ਵੱਲੋਂ ਸਮਾਗਮ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਸਮਾਗਮ ਹੋਏ ਆ ਔਰ ਇਹਨਾਂ ਸਮਾਗਮਾਂ ਦੇ ਵਿੱਚ ਰਾਗੀ ਜਥੇ ਕੀਰਤਨੀ ਜਥੇ ਕਥਾਵਾਚਕ ਉਹ ਹਾਜ਼ਰੀਆਂ ਭਰਦੇ ਨੇ ਗੁਰਮਤਿ ਦਾ ਪ੍ਰਚਾਰ ਹੁੰਦਾ ਜਿੱਥੇ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇਹਨਾਂ ਦੀਆਂ ਦੇਣਾਂ ਬਹੁਤ ਵੱਡੀਆਂ ਗੁਰੂ ਘਰਾਂ ਦੀਆਂ ਇਮਾਰਤਾਂ ਬਣਾਈਆਂ ਸੰਗਤ ਦੀ ਸਹੂਲੀਅਤ ਦੇ ਮੁਤਾਬਕ ਨਿਵਾਸ ਸਥਾਨ ਬਣਾਏ ਬਹੁਤ ਕੁਛ ਜਿਹੜਾ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਕੀਤਾ ਅਤੇ ਜਿਨ੍ਹਾਂ ਜਿਹੜਾ ਸੰਤ ਸੇਵਕਾਂ ਨੇ ਗੁਰੂ ਘਰਾਂ ਲਈ ਇੰਨੀ ਸੇਵਾ ਕੀਤੀ ਹੈ ਉਹਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਵੀ ਹੈ ਸੋ ਅਸੀਂ ਯਾਦ ਕਰ